ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੇ ਮੌਸਮ ਦੇ ਸਬੰਧੀ ਤਾਜ਼ਾ ਜਾਣਕਾਰੀ ਵਾਲੀ ਨਵੀਂ ਵੀਡੀਓ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਓ ਤਾਂ ਜੋ ਤੁਹਾਡੇ ਤੋਂ ਸੂਬੇ ਪੰਜਾਬ ਦੀ ਕੋਈ ਵੀ ਮੌਸਮ ਦੇ ਸਬੰਧੀ ਜਾਣਕਾਰੀ ਮਿਸ ਨਾ ਹੋਵੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਜੇ ਤੁਹਾਨੂੰ ਵੀ ਆਉਂਦੀ ਠੰਡ ਦਾ ਅਹਿਸਾਸ ਹੋਣ ਲੱਗ ਪਿਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਯੈਸ ਜ਼ਰੂਰ ਲਿਖੋ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਤਿਉਹਾਰੀ ਮੌਸਮ ਉਸ ਦਾ ਸੀਜ਼ਨ ਨਜ਼ਦੀਕ ਆ ਰਿਹਾ ਉਸ ਦੇ ਨਾਲ ਹੀ ਮੌਸਮ ਦੇ ਮિજાਜ ਵਿੱਚ ਤਬਦੀਲੀ ਆ ਰਹੀ ਆ ਇਸ ਵਾਰ ਮੌਸਮ ਨੇ ਬਹੁਤ ਜਲਦੀ ਕਰਵਟ ਬਦਲੀਆ ਇਸ ਵਾਰ ਬਰਸਾਤੀ ਮੌਸਮ ਵੀ ਜਲਦੀ ਖਤਮ ਹੋ ਗਿਆ ਸਰਦੀ ਦਾ ਆਗਾਜ਼ ਵੀ ਸ਼ੁਰੂ ਹੋ ਗਿਆ ਵਾਤਾਵਰਨ ਦੇ ਵਿੱਚ ਨਮੀ ਦੀ ਮਾਤਰਾ ਵਧਣ ਲੱਗੀ ਆ ਇਹ ਸਾਲ ਬਰਸਾਤ ਬਹੁਤ ਘੱਟ ਹੋਈ ਤੇ ਹੁਣ ਮੌਸਮ ਦੇ ਵਿੱਚ ਆਈ ਤਬਦੀਲੀ ਨੇ ਲੋਕਾਂ ਦੇ ਵਿੱਚ ਥੋੜੀ ਰਾਹਤ ਮਹਿਸੂਸ ਕਰਵਾਈ ਆ ਪਿਛਲੇ ਸਾਲ ਸਰਦੀ ਦਾ ਮੌਸਮ ਨਵੰਬਰ ਦੇ ਵਿੱਚ ਸ਼ੁਰੂ ਹੋਇਆ ਸੀ ਇਸ ਵਾਰ ਮੌਸਮ ਅਕਤੂਬਰ ਦੇ ਵਿੱਚ ਹੀ ਬਦਲ ਗਿਆ ਹੈ ਦਿਨ ਦੇ ਮੁਕਾਬਲੇ ਸਵੇਰ ਅਤੇ ਸ਼ਾਮ ਨੂੰ ਠੰਡਕ ਦਾ ਮੌਸਮ ਪਾਇਆ ਜਾ ਰਿਹਾ ਹੈ ਪੰਜਾਬ ਦੇ ਮੌਸਮ ਦੇ ਬਾਰੇ ਵਿੱਚ ਖਬਰ ਹੈ ਕਿ ਇਸ ਵਾਰ ਸਰਦੀ ਜਲਦੀ ਸ਼ੁਰੂ ਹੋ ਜਾਵੇਗੀ ਕਿਉਂਕਿ ਪੰਜਾਬ ਵਿੱਚ ਇੱਕ ਵਾਰ ਫਿਰ ਮੱਧਮ ਦੱਖਣੀ ਪੂਰਬੀ ਹਵਾਵਾਂ ਦੀ ਵਾਪਸੀ ਹੋਣ ਵਾਲੀ ਹੈ ਖਾੜੀ ਬੰਗਾਲ ਤੋਂ ਬਨ ਰਹੇ ਘੱਟ ਦਬਾਅ ਦੇ ਸਿਸਟਮ ਕਾਰਨ 24 ਤੋਂ 48 ਘੰਟਿਆਂ ਦੌਰਾਨ ਪੰਜਾਬ ਚ ਇੱਕ ਵਾਰ ਫਿਰ ਮੱਧਮ ਦੱਖਣੀ ਪੂਰਬੀ ਹਵਾਵਾਂ ਦੀ ਵਾਪਸੀ ਹੋਣ ਵਾਲੀ ਹੈ ਜਦਕਿ ਕਿਸੇ ਬਰਸਾਤੀ ਗਤੀਵਿਧੀ ਦੀ ਕੋਈ ਉਮੀਦ ਨਹੀਂ ਕੀਤੀ ਜਾ ਰਹੀ ਇਹ ਮੌਸਮ ਆਉਣ ਵਾਲੀਆਂ ਫਸਲਾਂ ਦੇ ਲਈ ਬਹੁਤ ਲਾਹੇਵੰਦਾ ਇਸ ਮੌਸਮ ਦੇ ਵਿੱਚ ਕਣਕ ਦੀ ਬਜਾਈ ਲਈ ਢੁਕਵਾਂ ਸਮਾਂ ਹੈ ਇਸ ਵਾਰ ਝੋਨੇ ਦੀ ਕਟਾਈ ਵੀ ਜਲਦੀ ਹੋਊਗੀ ਤੇ ਮੰਡੀਆਂ ਦੇ ਵਿੱਚ ਵੀ ਝੋਨਾ ਜਲਦੀ ਆਉਣਾ ਸ਼ੁਰੂ ਹੋ ਗਿਆ ਇਸ ਦੀ ਜਲਦੀ ਆਮਦ ਦੇ ਨਾਲ ਅਗਲੀ ਫਸਲ ਦੀ ਬਜਾਈ ਵੀ ਜਲਦੀ ਹੋਵੇਗੀ ਹੁਣ ਵਾਤਾਵਰਣ ਦੇ ਵਿੱਚ ਨਮੀ ਦੀ ਮਾਤਰਾ ਵਦਨ ਦੇ ਨਾਲ ਸਵੇਰ ਸਮੇਂ ਬਾਰੀ ਇਲਾਕਿਆਂ ਦੇ ਵਿੱਚ ਹਲਕੀ ਧੁੰਦ ਵੀ ਦੇਖੀ ਜਾਵੇਗੀ ਜਿਸ ਦਾ ਅਸਰ ਸ਼ਾਮ ਅਤੇ ਸਵੇਰ ਨੂੰ ਰਹੇਗਾ ਧੁੰਦ ਵੀ ਜਲਦੀ ਪੰਜਾਬ ਦੇ ਵਾਤਾਵਰਨ ਨੂੰ ਗੰਦਲਾ ਕਰਨ ਦੀ ਤਿਆਰੀ ਦੇ ਵਿੱਚ ਹੈ ਜਿਸ ਨਾਲ ਸੂਰਜ ਦੀਆਂ ਚਮਕ ਨੂੰ ਕੁਝ ਹੱਦ ਤੱਕ ਲਗਾਮ ਲੱਗੇਗੀ ਅਤੇ ਦਿਨ ਦੇ ਪਾਰੇ ਵਿੱਚ ਹਲਕੀ ਗਰਾਵਟ ਸੰਭਵ ਹੈ ਜੇ ਵੇਖਿਆ ਜਾਵੇ ਤਾਂ ਅਸੀਂ ਬਦਲਦੀ ਰੁੱਤ ਦੇ ਦੌਰ ਵਿੱਚੋਂ ਗੁਜ਼ਰਦੇ ਹੋਏ ਪੱਤ ਚੜਵਲ ਵੱਧ ਰਹੇ ਹਨ ਤੇ ਮੌਸਮ ਦੀ ਤਬਦੀਲੀ ਪੇਂਡੂ ਖੇਤਰਾਂ ਦੇ ਵਿੱਚ ਜ਼ਿਆਦਾ ਮਹਿਸੂਸ ਕੀਤੀ ਜਾਵੇਗੀ।